ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਕੱਲ੍ਹ ਅਸੀਂ ਕਿਸੇ ਉੱਤੇ ਵੀ ਭਰੋਸਾ ਨਹੀਂ ਕਰ ਸਕਦੇ। ਜੋ ਸਾਡੇ ਨਾਲ ਸਾਲ ਦਰ ਸਾਲ ਕੰਮ ਕਰਦੇ ਨੇ, ਉਹਨਾਂ ਦੀ ਵੀ ਨੀਅਤ ਕਦੋਂ ਖਰਾਬ ਹੋ ਜਾਵੇ ਸਾਨੂੰ ਪਤਾ ਨਹੀਂ ਲੱਗਦਾ। ਹਾਲ ਹੀ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ। ਇੱਕ ਅੰਨੇ ਕਤਲ ਦੀ ਗੁੱਥੀ 24 ਘੰਟਿਆਂ ਦੇ ਵਿੱਚ ਵਿੱਚ ਲੁਧਿਆਣਾ ਪੁਲਿਸ ਨੇ ਸੁਲਝਾ ਦਿੱਤੀ ਅਤੇ ਇਸ ਕਤਲ ਦੇ ਵਿੱਚ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਨ ਉਹਨਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਏਡੀਸੀਪੀ ਜਸਕਰਨ ਸਿੰਘ ਅਤੇਜਾ ਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਜੀਵ ਕੁਮਾਰ ਨਾਮਕ ਵਿਅਕਤੀ ਜੋ ਕਾਰਾਂ ਦਾ ਕਾਰੋਬਾਰ ਕਰਦਾ ਸੀ, ਸੇਲ ਪਰਚੇਜ਼ ਦਾ ਕਾਰੋਬਾਰ ਕਰਦਾ ਸੀ, ਅਤੇ ਉਸ ਦੇ ਕੋਲ ਕੰਮ ਕਰਨ ਵਾਲਾ ਇੱਕ ਫੋਰਮੈਨ ਅਮਿਤ ਨਾਮ ਦਾ ਵਿਅਕਤੀ ਉਸਦੇ ਕਤਲ ਦਾ ਮੁੱਖ ਦੋਸ਼ੀ ਹੈ, ਜਿਸਨੇ ਆਪਣੇ ਇੱਕ ਹੋਰ ਦੋਸਤ ਸਾਹਿਲ ਦੇ ਨਾਲ ਮਿਲ ਕੇ ਇਸ ਸਾਰੀ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਦਰਅਸਲ ਅਮਿਤ ਦੇ ਮਨ ਦੇ ਵਿੱਚ ਲਾਲਚ ਆ ਗਿਆ ਸੀ ਅਤੇ ਉਸਨੇ ਇਸ ਲਾਲਚ ਦੇ ਚੱਲਦਿਆਂ ਹੀ ਇਸ ਸਾਰੀ ਕਤਲ ਦੀ ਘਟਨਾ ਨੂੰ ਆਪਣੇ ਦੋਸਤ ਸਾਹਿਲ ਦੇ ਨਾਲ ਮਿਲ ਕੇ ਅੰਜਾਮ ਤੱਕ ਪਹੁੰਚਾਇਆ। ਆਖਿਰ ਕੀ ਹੈ ਇਹ ਸਾਰਾ ਮਾਮਲਾ, ਆਓ ਸੁਣਦੇ ਹਾਂ ਏਡੀਸੀਪੀ ਜਸਕਰਨ ਸਿੰਘ ਤੇਜਾ ਦੀ ਜ਼ੁਬਾਨੀ। ਇੱਕ ਸੰਜੀਵ ਕੁਮਾਰ ਨਾਮ ਦਾ ਵਿਅਕਤੀ ਸੀ ਜੋ ਕਰੀਬ 55-56 ਸਾਲ ਜਿਹੜੀ ਉਹਦੀ ਉਮਰ ਸੀ। ਉਹਦੀ ਜਿਹੜੀ 14 ਤਰੀਕ ਨੂੰ ਇੱਕ ਮਿਸਿੰਗ ਰਿਪੋਰਟ ਜਿਹੜੀ ਆ ਉਹਦੇ ਨਾਲ ਦੇ ਦੋਸਤਾਂ ਨੇ ਥਾਣਾ ਦੁਗਰੀ ਦੇ ਵਿੱਚ ਇੱਕ ਰਜਿਸਟਰ ਕਰਾਈ ਸੀ, ਜਿਹੜਾ ਨੇ ਦੱਸਿਆ ਸੀ ਵੀ 14 ਤਰੀਕ ਤੋਂ ਇਹ ਗੈਰ ਹਾਜ਼ਰ ਹੈ, ਬਟ ਇਹਨਾਂ ਨੇ ਆ ਕੇ ਇਤਲਾਹ 15 ਤਰੀਕ ਨੂੰ ਪੁਲਿਸ ਨੂੰ ਦਿੱਤੀ, ਜਿਹਦੇ ਵਿੱਚ ਆਪਣਾ DSP ਸਾਊਥ ਜਸ਼ਨਦੀਪ ਸਿੰਘ ਗਿੱਲ, ਡਾਕਟਰ ਪ੍ਰਗਿਆ SHO ਦੁਗਰੀ IPS ਅਫਸਰ, ਇਹਨਾਂ ਦੀ ਟੀਮ ਨੇ ਬੜਾ ਵਧੀਆ ਜਿਹੜਾ ਇਸ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਹੈ, ਜਿਹਦੇ ਵਿੱਚ ਉਸ ਵਿਅਕਤੀ ਦਾ ਜਿਹੜਾ ਇੱਕ ਬਲਾਈਂਡ ਮਰਡਰ, ਜਦੋਂ ਇਹ ਵਿਅਕਤੀ ਦੀ ਮਿਸਿੰਗ ਰਿਪੋਰਟ ਆਈ ਤਾਂ ਇਹਨਾਂ ਨੇ ਜਾ ਕੇ ਸਾਰਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ। ਉਹਦੇ ਵਿੱਚ ਜਿਹੜਾ ਇਹਦਾ ਘਰ ਜਦੋਂ ਖੋਲ੍ਹਿਆ, ਘਰ ਦੇ ਵਿੱਚੋਂ ਜਿਹੜਾ ਇਹਦੀ ਡੈੱਡ ਬੋਡੀ ਵਿਅਕਤੀ ਦੀ ਮਿਲੀ। ਜਦੋਂ ਬੰਦੇ ਦੀ ਡੈੱਡ ਬੋਡੀ ਮਿਲੀ, 302-34 IPC ਦਾ ਬਲਾਈਂਡ ਜਿਹੜਾ ਅਨਨੋਨ ਬੰਦਿਆਂ 'ਤੇ ਪਰਚਾ ਦਰਜ ਕੀਤਾ ਸੀ, ਔਰ ਵਿਦਇਨ 5 ਆਵਰਸ ਜਿਹੜਾ ਇਸ ਮੁਕੱਦਮੇ ਨੂੰ ਟਰੇਸ ਕਰਕੇ ਇਹਨਾਂ ਨੇ ਜਿਹੜੇ ਉਹਦੇ ਵਿੱਚ ਦੋ ਵਿਅਕਤੀ ਜਿਨ੍ਹਾਂ ਨੇ ਮਰਡਰ ਕੀਤਾ ਸੀ ਉਹ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਜੋ ਉਸ ਬੰਦੇ ਦੇ ਘਰੋਂ ਔਰਨਾਮੈਂਟਸ ਲੈ ਕੇ ਗਏ ਸੀ ਉਹ ਰਿਕਵਰ ਕਰ ਲਏ, ਪਲੱਸ ਜਿਹੜਾ ਉਸ ਬੰਦੇ ਦੇ ਕੈਸ਼ ਪੈਸੇ ਲਗੇ ਸੀ ਉਹ ਰਿਕਵਰ ਕਰ ਲਿਆ, ਵਾਰਦਾਤ 'ਚ ਵਰਤੀ ਹੋਈ ਜਿਹੜੀ ਕਨੈਟਿਕ ਜਿਹੜੀ ਉਹਨਾਂ ਯੂਜ਼ ਕੀਤੀ ਸੀ ਉਹ ਰਿਕਵਰ ਕਰ ਲਈ, ਜਿਹਦੇ ਵਿੱਚ 100% ਰਿਕਵਰੀ, ਪਲੱਸ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਬਹੁਤ ਚੰਗਾ ਕੰਮ ਕੀਤਾ। ਇਹ ਜਿਹੜਾ ਮਰਨ ਵਾਲਾ ਸੰਜੀਵ ਕੁਮਾਰ ਹੈ ਇਹ ਕਾਰ ਦਾ ਸੇਲ ਪਰਚੇਸ ਦਾ ਕੰਮ ਕਰਦਾ ਸੀ, ਪਰ ਐਕਚੁਅਲ ਜਿਹੜਾ ਇਹਦੀ ਜਿਹੜੀ ਕੁਆਲੀਫਿਕੇਸ਼ਨ ਮੁਤਾਬਿਕ ਇਹ ਐਡਵੋਕੇਟ ਸੀ। ਜਿਹੜੇ ਮਾਰਨ ਵਾਲੇ ਹੈ ਇਹ ਲੜਕੇ ਜਿਹੜਾ ਸੰਜੀਵ ਕੁਮਾਰ ਦੇ ਕੋਲ, ਅਮਿਤ ਕੁਮਾਰ ਹੈ, ਇਹ ਅਮਿਤ ਕੁਮਾਰ ਸੰਜੀਵ ਦੇ ਕੋਲ ਹੀ ਕੰਮ ਕਰਦਾ ਸੀ, ਜਿਹੜਾ ਸੇਲ ਪਰਚੇਸ ਦੇ ਜਦੋਂ ਕੰਮ ਕਰਦਾ ਸੀ ਉਹਦੇ ਨਾਲ ਹੀ ਇਹਦਾ ਹੱਥ ਵਟਾਉਂਦਾ ਸੀ ਅਤੇ ਨਾਲ ਸਾਰਾ ਕੁਛ ਦੇਖਦਾ ਸੀ। ਮਾਰਨ ਦਾ ਕਾਰਨ ਉਹਦੇ ਮਨ ਦੇ ਵਿੱਚ ਜਿਹੜਾ ਪੈਸੇ ਦਾ ਲਾਲਚ, ਉਹਦੇ ਕੋਲ ਕਰੀਬ ਥੋੜ੍ਹੇ ਦਿਨ ਪਹਿਲਾਂ 1.5-2 ਲੱਖ ਰੁਪਇਆ ਆਇਆ ਸੀ, ਅਤੇ ਇਹਦੇ ਮਨ ਦੇ ਵਿੱਚ ਇਹੀ ਆ ਗਿਆ ਵੀ ਇਹਦੇ ਮੈਂ ਗਹਿਣੇ ਕਾਰ ਅਤੇ ਪਲੱਸ ਮੈਂ ਪੈਸੇ ਜਿਹੜੇ ਆ ਇਹਨੂੰ ਲੁੱਟ ਲੂੰਗਾ, ਕਿਉਂਕਿ ਇਹ ਵਿਅਕਤੀ ਇੱਥੇ ਆਪਣਾ ਇਕੱਲਾ ਫਲੈਟ ਦੇ ਵਿੱਚ ਰੈਂਟ 'ਤੇ ਜਿਹੜਾ MIG ਜਿਹੜੇ ਫਲੈਟ ਆ ਉੱਥੇ ਰਹਿੰਦਾ ਸੀ, ਅਤੇ ਇਹਦਾ ਫੈਮਿਲੀ ਜਿਹੜੀ ਆ ਉਹ ਚੰਡੀਗੜ੍ਹ ਰਹਿੰਦੀ ਸੀ, ਬੇਟੀ ਔਰ ਵਾਈਫ, ਉਹਨੂੰ ਇਕੱਲੇ ਨੂੰ ਸੋਚ ਕੇ ਵੀ ਮੈਂ ਇਹਦਾ ਮਰਡਰ ਕਰਕੇ ਅਤੇ ਜਿਹੜੇ ਆ ਪੈਸੇ ਵਗੈਰਾ ਅਤੇ ਇਹਦੀ ਕਾਰ ਅਤੇ ਇਹਦੇ ਔਰਨਾਮੈਂਟਸ ਜਿਹੜੇ ਆ ਉਹ ਲੈ ਜਾਂ। ਲੁੱਟ ਦੀ ਨੀਤ ਨਾਲ ਇਹਨੇ ਆਪਣਾ ਇੱਕ ਦੋਸਤ ਜਿਹੜਾ ਸਾਹਿਲ ਉਹਨੂੰ ਨਾਲ ਲੈ ਕੇ ਫਿਰ ਇਹਨਾਂ ਨੇ ਜਿਹੜਾ 14 ਤਰੀਕ ਰਾਤ ਨੂੰ, ਦਰਮਿਆਨੀ ਰਾਤ ਨੂੰ ਇਹ ਵਾਰਦਾਤ ਕੀਤੀ, ਜਿਹੜਾ ਉਸ ਬੰਦੇ ਦਾ ਮਰਡਰ ਕੀਤਾ, ਪਲੱਸ ਉਹਦੀ ਜਿਹੜੀ ਕਾਰ ਹੈ ਉਹ ਮੌਕੇ ਤੋਂ ਕਾਰ ਲੈ ਗਏ, ਉਹਦੇ ਘਰ 'ਚੋਂ ਪੈਸੇ ਲੈ ਗਏ, ਉਹਦੇ ਔਰਨਾਮੈਂਟਸ ਲੈ ਗਏ, ਤਾਂ ਉਹ ਸਾਰੇ ਰਿਕਵਰ ਕਰਕੇ ਗ੍ਰਿਫਤਾਰ ਕਰ ਲਏ। ਇਹ ਫੇਸ 1 ਦੁਗਰੀ ਦੇ ਵਿੱਚੋਂ ਜਿਹੜਾ ਦੋਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ।
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੋਕਾਂ ਵਾਸਤੇ ਦੁਨੀਆ ਵਾਸਤੇ ਪੈਸਾ ਹੀ ਸਭ ਕੁਝ ਰਹਿ ਗਿਆ ਹੈ। ਪੈਸੇ ਪਿੱਛੇ ਆਪਣੇ ਰਿਸ਼ਤੇ ਭੁੱਲ ਜਾਂਦੇ ਨੇ, ਪੈਸੇ ਪਿੱਛੇ ਆਪਣਾ ਜ਼ਮੀਰ ਵੇਚ ਦਿੰਦੇ ਨੇ, ਪੈਸੇ ਪਿੱਛੇ ਆਪਣੇ ਆਪ ਤੱਕ ਨੂੰ ਵੇਚ ਦਿੰਦੇ ਨੇ। ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਸ ਪਰਮਾਤਮਾ ਦੀ ਅੱਖ ਹਮੇਸ਼ਾ ਸਾਡੇ ਕਰਮਾਂ ਉੱਤੇ ਰਹਿੰਦੀ ਹੈ, ਅਤੇ ਅਗਰ ਅਸੀਂ ਮਾੜੇ ਕਰਮ ਕਰਕੇ ਚਾਰ ਪੈਸੇ ਵੱਧ ਕਮਾ ਕੇ ਅੱਜ ਐਸ਼ ਪ੍ਰਸਤੀ ਕਰਦੇ ਹਾਂ ਤਾਂ ਉਹ ਐਸ਼ ਪ੍ਰਸਤੀ ਸਾਨੂੰ ਕਿੰਨੇ ਦਿਨ, ਕਿੰਨੇ ਮਹੀਨੇ ਜਾਂ ਕਿੰਨੇ ਸਾਲ ਅੱਡੀਆਂ ਰਗੜ ਰਗੜ ਕੇ ਕੱਢਣੀ ਪਵੇਗੀ, ਰੋ ਰੋ ਕੇ, ਸਿਸਕ ਸਿਸਕ ਕੇ ਕੱਢਣੀ ਪਵੇਗੀ, ਉਹ ਆਉਣ ਵਾਲਾ ਵਕਤ ਹੀ ਤੈਅ ਕਰੇਗਾ। ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਸ ਕਰਕੇ ਅਸੀਂ ਕੁਝ ਵੀ ਕੰਮ ਕਰੀਏ, ਕੋਈ ਵੀ ਕਾਰਜ ਕਰੀਏ, ਹਮੇਸ਼ਾ ਸਾਨੂੰ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ, ਅਤੇ ਨਾ ਕੋਈ ਹਰਾਮ ਦਾ ਕੰਮ ਕਰਨਾ ਚਾਹੀਦਾ, ਨਾ ਕਿਸੇ ਪਾਸਿਓਂ ਹਰਾਮ ਦੀ ਕਮਾਈ ਘਰ ਦੇ ਵਿੱਚ ਆਉਣੀ ਚਾਹੀਦੀ ਹੈ, ਨਾ ਆਪਣੇ ਪਰਿਵਾਰ ਅਤੇ ਬੱਚਿਆਂ ਉੱਤੇ ਅਜਿਹੀ ਕਮਾਈ ਲਗਾਉਣੀ ਚਾਹੀਦੀ ਹੈ, ਕਿਉਂਕਿ ਅਜਿਹੀ ਕਮਾਈ ਫੁੱਟ ਫੁੱਟ ਕੇ ਹੀ ਨਿਕਲਦੀ ਹੈ। ਬਹਰਹਾਲ ਪੁਲਿਸ ਨੇ ਇਹਨਾਂ ਮੁਲਜ਼ਮਾਂ ਦੇ ਕੋਲੋਂ ਲੁੱਟ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਲੁਧਿਆਣਾ ਤੋਂ ਗੁਰਬਾਣੀ ਅਖੰਡ ਬਾਣੀ ਵਾਸਤੇ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।